ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਹਰੇਕ ਜੀਵ ਜੋ ਦੁਨੀਆ ਤੇ ਪੈਦਾ ਹੋਇਆ ਉਸ ਵਿੱਚ ਵਾਹਿਗੁਰੂ ਨੇ ਗੁਣ ਵੀ ਦਿੱਤੇ ਨੇ ਤੇ ਔਗਣ ਵੀ ਹਰੇਕ ਜੀਵ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਇੱਥੋਂ ਤੱਕ ਕਿ ਪਸ਼ੂਆਂ ਪੰਛੀਆਂ ਵਿੱਚ ਵੀ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਕਦੇ ਧਿਆਨ ਦਿਓ ਵੇੜੇ ਵਿੱਚ ਕਾਂ ਉਡਾਵੇ ਆਪਾਂ ਖਾਣ ਨੂੰ ਕੁਝ ਪਾਈਏ ਤਾਂ ਉਹ ਆਵਾਜ਼ਾਂ ਮਾਰ ਹੋਰਾਂ ਕਾਵਾਂ ਨੂੰ ਵੀ ਆਪਣੇ ਕੋਲ ਬੁਲਾਉਂਦਾ ਕਿ ਰੋਟੀ ਦਾ ਪ੍ਰਬੰਧ ਇੱਥੇ ਹੈ ਇੱਥੇ ਆ ਜਾਓ ਮਿਲ ਜੁਲ ਕੇ ਖਾਵਾਂਗੇ ਉਸ ਵਿੱਚੇ ਗੁਣ ਪਰ ਆਪਾਂ ਮਨੁੱਖਤਾ ਫਿਰ ਕਾਵਾਂ ਤੋਂ ਵੀ ਭੈੜੇ ਆ ਆਪਾਂ ਨੂੰ ਜਿਸ ਚੀਜ਼ ਤੋਂ ਲਾਭ ਹੁੰਦਾ ਉਹ ਚੀਜ਼ ਆਪਾਂ ਕਿਸੇ ਨੂੰ ਨਹੀਂ ਦੱਸਦੇ ਵੀ ਜੇ ਮੈਂ ਨੂੰ ਦੱਸਤੀ ਇਹ ਵੀ ਮੇਰੇ ਬਰਾਬਰ ਹੋ ਜਾਏਗਾ ਆਪਣੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਵੰਡ ਕੇ ਖਾਓ ਵੰਡ ਕੇ ਛਕੋ ਸਾਡੇ ਵਿੱਚ ਤਾਂ ਇਹ ਗੁਣ ਹੈ ਹੀ ਨਹੀਂ ਹਰ ਮਨੁੱਖ ਵਿੱਚ ਕੋਈ ਨਾ ਕੋਈ ਘਾਟ ਕੋਈ ਨਾ ਕੋਈ ਕਮੀ ਕੁਝ ਨਾ ਕੁਝ ਹੈ ਜਦੋਂ ਆਪਣਾ ਜੀਵਨ ਦਾ ਸਮਾਂ ਪੂਰਾ ਕਰਕੇ ਜਾਂਦਾ ਹੈ ਤਾਂ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਪਰ ਤੋਂ ਤਾਂ ਚੁਪਾ ਸਕਦੇ ਆ ਪੁਰਸ਼ ਵੈਗਰੂ ਤੋਂ ਨਹੀਂ ਆਪਣੇ ਵਿੱਚ ਬਹੁਤੇ ਐਵੇਂ ਦੇ ਨੇ ਜੋ ਸੋਚਦੇ ਹਨ ਕਿ ਮੈਂ ਅਮੀਰ ਕਦੋਂ ਬਣਾਂਗਾ। ਜਾਂ ਜੋ ਮੇਰਾ ਆਂਡੀ ਗਵਾਂਡੀ ਏ ਉਸ ਜਿੰਨਾ ਮੈਂ ਕਦੋਂ ਕੋ ਉੱਥੇ ਤੱਕ ਕਦੋਂ ਪਹੁੰਚਾਂਗਾ। ਮੈਂ ਉਹਨਾਂ ਕਦੋਂ ਕੁ ਕਮਾਉਣ ਲੱਗ ਜਾਵਾਂਗਾ। ਮੇਰਾ ਘਰ ਕਦੋਂ ਵੱਡਾ ਬਣੇਗਾ ਤੇ ਕਈ ਵਾਰ ਤਾਂ ਜ਼ਿੰਦਗੀ ਦਾ ਆਪਾਂ 85% ਆਪਾਂ ਐਸੇ ਪਾਸੇ ਹੀ ਲੰਗਾ ਦਿੰਨੇ ਆ। ਪਰ ਵਾਹਿਗੁਰੂ ਸਾਡੇ ਅੰਦਰ ਦੀ ਅਮੀਰੀ ਦੇਖਦੇ ਨੇ ਸਾਡੇ ਅੰਦਰ ਦੀ ਨਿਮਰਤਾ ਭਾਵਨਾ ਦੇਖਦੇ ਨੇ ਬਾਹਰ ਦੀ ਅਮੀਰੀ ਜੋ ਬਾਹਰ ਦੀ ਮਾਇਆ ਹੈ ਉਹਨਾਂ ਨੂੰ ਨਹੀਂ ਚਾਹੀਦੀ ਇੱਕ ਘਰ ਵਿੱਚ ਇੱਕ ਮਨੁੱਖ ਕੰਮ ਕਰਦਾ ਹੁੰਦਾ ਸੀ ਉਹਦੇ ਮਾਲਕ ਨੇ ਉਹਨੂੰ ਆਵਾਜ਼ ਲਗਾਈ ਤੇ ਪੁੱਛਿਆ ਕਿ ਦੱਸ ਸਾਡੇ ਕੋਲ ਕਿੰਨੀ ਕੋਈ ਜਾਇਦਾਦ ਹੈ ਕਿੰਨਾ ਕੋ ਤਨ ਕਿੰਨਾ ਕੋ ਪੈਸਾ ਹੈ ਉਨੇ ਕੇ ਹਾਜ਼ੂਰ ਤੁਹਾਡੀਆਂ ਸੱਤ ਪੀੜੀਆਂ ਬੈਠੇ ਬਿਠਾਏ ਖਾ ਸਕਦੀਆਂ ਨੇ ਜੋ ਕੁਝ ਵੀ ਨਾ ਕਰਨ ਗਿਆ ਤਾਂ ਇੰਨੀ ਜਾਇਦਾਦ ਐ ਇੰਨਾ ਪੈਸਾ ਐ ਕਿ ਉਦੋਂ ਤੱਕ ਖਾ ਸਕਦੀਆਂ ਹਨ ਉਹ ਜੋ ਉਹਦਾ ਮਾਲਕ ਸੀ ਉਹ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਅੱਖਾਂ ਵਿੱਚ ਪਾਣੀ ਕੀ ਉਹ ਤਾਂ ਰੋਣ ਹੀ ਲੱਗ ਗਿਆ ਕੰਮ ਕਰਨ ਵਾਲੇ ਨੇ ਕਿਹਾ ਹਜ਼ੂਰ ਮਾਲਕ ਤੁਹਾਨੂੰ ਹੋਇਆ ਕੀ ਹੈ ਮਾਲਕ ਕਹਿੰਦਾ ਕਿ ਫਿਰ ਮੇਰੀ ਜਿਹੜੀ ਅੱਠਵੀਂ ਪੀੜੀ ਦਾ ਕੀ ਹੋਏਗਾ ਉਹ ਤਾਂ ਭੁਖੀ ਰਾਜੋਗੀ ਕੰਮ ਕਰਨ ਵਾਲਾ ਕਹਿੰਦਾ ਜੀ ਤੁਸੀਂ ਰੋਵੋ ਨਾ ਤੁਸੀਂ ਇੰਜ ਨਾ ਕਰੋ ਆਪਾਂ ਕਿਸੇ ਤੋਂ ਪੁੱਛ ਲੈਨੇ ਆ ਉਹ ਕਿਸੇ ਤੋਂ ਪੁੱਛਦੇ ਆ ਉਹ ਕਹਿੰਦੇ ਦਾਨਪੁਣ ਕਰੋ ਤੇ ਤੁਹਾਡੀ ਅੱਠਵੀਂ ਪੀੜੀ ਲਈ ਵੀ ਜਾਇਦਾਦ ਆ ਜਾਏਗੀ ਪੈਸਾ ਆ ਜਾਏਗਾ ਤੁਸੀਂ ਐਵੇਂ ਦੇ ਕੰਮ ਕਰੋ ਮਾਲਕ ਜੋਸੀ ਉਹ ਮੰਨ ਜਾਂਦਾ ਉਹ ਤੁਰੇ ਜਾਂਦੇ ਹਨ ਤੇ ਦੱਸ ਪੈਂਦੀ ਹੈ ਕਿ ਉੱਥੇ ਇੱਕ ਜਗ੍ਹਾ ਗੁਰਸਿੱਖ ਰਹਿੰਦਾ ਕਿਉਂਕਿ ਉਹਨਾਂ ਦਾਨ ਕਰਨਾ ਸੀ ਕਿਸੇ ਲੋੜਵੰਦ ਨੂੰ ਦੇਣਾ ਸੀ ਉਹਨਾਂ ਨੂੰ ਜੋ ਜਗ੍ਹਾ ਦੱਸੀ ਹੁੰਦੀ ਹੈ ਉੱਥੇ ਪਹੁੰਚ ਜਾਂਦੇ ਨੇ ਤੇ ਕਹਿੰਦੇ ਹਨ ਕਿ ਉਹ ਭਲੇ ਪੁਰਖਾ ਅਸੀਂ ਤੁਹਾਡੀ ਸੇਵਾ ਚਾਹੁੰਦੇ ਹਾਂ ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ ਤੁਸੀਂ ਰਾਸ਼ਨ ਪਾਣੀ ਜਾਂ ਹੋਰ ਸਾਡੇ ਤੋਂ ਕਿਸੇ ਪ੍ਰਕਾਰ ਦੀ ਸੇਵਾ ਦੱਸੋ ਜੋ ਅਸੀਂ ਕਰ ਸਕੀਏ ਉਹ ਕਹਿੰਦਾ ਜੀ ਮੈਂ ਆਪਣੀ ਘਰ ਵਾਲੀ ਤੋਂ ਇੱਕ ਵਾਰ ਪੁੱਛ ਕੇ ਫਿਰ ਤੁਹਾਨੂੰ ਦੱਸਦਾ ਕਿ ਸਾਨੂੰ ਸੇਵਾ ਦੀ ਕੀ ਜ਼ਰੂਰਤ ਹੈ ਕਿ ਸਾਨੂੰ ਕੀ ਕੀ ਚਾਹੀਦਾ ਉਹ ਆਪਣੀ ਘਰ ਵਾਲੀ ਨੂੰ ਆਵਾਜ਼ ਲਗਾਉਂਦਾ ਹੈ ਕਿ ਭਾਗਵਾਨ ਨੇ ਇਹ ਸੱਜਣ ਸਾਨੂੰ ਆਟਾ ਦਾਲ ਚੋਲ ਖੰਡ ਸਭ ਲੋੜਿੰਦੀਆਂ ਚੀਜ਼ਾਂ দান ਕਰਨ ਆਏ ਨੇ ਉਹ ਗੋਸਤੀ ਪਤਨੀ ਕਹਿੰਦੀ ਅਜੇ ਤਾਂ ਦਿਨ ਚੜ੍ਹਿਆ ਹੈ ਅਜੇ ਤਾਂ ਸਵੇਰ ਦੇ 8:00 ਵਜੇ ਨੇ ਤੇ ਅੱਜ ਦਾ ਆਪਣੇ ਕੋਲ ਸਾਰਾ ਸੌਦਾ ਹੈਗਾ ਹੈ ਉਹ ਗੁਰਸਿੱਖ ਨੂੰ ਅਮੀਰ ਵਿਅਕਤੀ ਨੂੰ ਕਹਿੰਦਾ ਸ਼ਾਹੂਕਰ ਜੀ ਤੁਸੀਂ ਹੋਰ ਕਿਸੇ ਲੋੜਵੰਦ ਨੂੰ ਦੇ ਦਿਓ ਅੱਜ ਦਾ ਰਾਸ਼ਨ ਸਾਡੇ ਘਰ ਹੈਗਾ ਅੱਗੋ ਸ਼ਾਹੂਕਰ ਕਹਿੰਦਾ ਉਹ ਭਲੇ ਪੁਰਖਾ ਅੱਜ ਦਾ ਹੈਗਾ ਕੱਲ ਦਾ ਕੀ ਕਰੇਗਾ ਉਸ ਤੋਂ ਅਗਲੇ ਦਿਨਾਂ ਦਾ ਕੀ ਕਰੇਗਾ ਇੰਨਾ ਰਾਸ਼ਨ ਲੈ ਕੇ ਆਇਆ ਹਾਂ ਤੂੰ ਲੈ ਲੈ ਸਿੱਧਕ ਵਾਲੇ ਗੁਰਸਿੱਖ ਨੇ ਕਿਹਾ ਜਿਸ ਵਾਇਗਰੂ ਨੇ ਸਾਨੂੰ ਅੱਜ ਜੋਗਾ ਦਿੱਤਾ ਉਹ ਕੱਲ ਵੀ ਦੇਗਾ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਦਿਵੋ ਉਹਨੂੰ ਸ਼ਾਊਕਾਰ ਨੂੰ ਥੇ ਜਿਵੇਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਹੁਣ ਕਿ ਮੈਂ ਇੰਨਾ ਅੰਨ ਹੋਇਆ ਫਿਰਦਾ ਸੀ ਇੰਨਾ ਸਿੱਧਾ ਕਿਸ ਗੁਰਸਿੱਖ ਦਾ ਕੋਲ ਹੈ ਕੱਲ ਦਾ ਵੀਸ ਨੂੰ ਫਿਕਰ ਨਹੀਂ ਹੈ ਤੇ ਮੇਰੇ ਕੋਲ ਇੰਨੀ ਜ਼ਿਆਦਾ ਜਾਇਦਾਦ ਹੈ ਤੇ ਫਿਰ ਵੀ ਅਠਵੀਂ ਪੀੜੀ ਦਾ ਕੀ ਹੋਏਗਾ ਸੋਚ ਮੈਂ ਪਰੇਸ਼ਾਨ ਹੋ ਰਹੀ ਸੀ ਗੁਰਨਾਨਕ ਪਾਤਸ਼ਾਹ ਤੋਂ ਸਿੱਧਕ ਮਨ ਦਾ ਸ਼ਾਹੂਕਾਰ ਬਣ ਇਹ ਮੰਗੋ ਮੇਰੇ ਕੋਲ ਮਾਇਆ ਹੈ ਤੈਨੂੰ ਆਪਣੀ ਜੇਬ ਤੱਕ ਰੱਖੋ ਉਹਨੂੰ ਮਨ ਤੇ ਅਸਰ ਨਾ ਕਰਨ ਦਿਓ ਜੇ ਤੁਹਾਡੇ ਕੋਲ ਕੋਈ 3 ਲੱਖ ਦੀ ਗੱਡੀ ਹੈ ਸਾਹਮਣੇ ਵਾਲੇ ਕੋਲ ਵੀ ਲੱਖ ਦੀ ਹੈ ਤੇ ਇਸ ਜਿੱਦ ਵਿੱਚ ਨਾ ਲੱਗੇ ਰਹੋ ਕਿ ਮੇਰੇ ਕੋਲ ਕਦੋਂ ਆਵੇਗੀ ਵਾਇਗਰੂ ਇਹ ਨਹੀਂ ਦੇਖਦੇ ਕਿ ਕਿਸ ਕੋਲ ਕਿੰਨਾ ਵੱਡਾ ਹੈ ਕਿ ਉਹਨੂੰ ਪਹਿਲਾਂ ਗਲੇ ਲਾਣਗੇ ਤਾਂ ਤੁਹਾਨੂੰ ਨਹੀਂ ਲਾਣਗੇ ਉਹ ਦੇਖਦੇ ਆ ਸਾਡਾ ਸੁਭਾ ਨਿਮਰਤਾ ਬਤੀਰਾ ਸੱਚ ਦੀ ਰਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਕਰਿਆ ਕਰੋ ਉਹ ਸਾਡਾ ਸੁੱਖ ਦੁੱਖ ਸਭ ਸੁਣਦੇ ਹਨ ਸਿੱਖੀ ਨਾਲ ਜੁੜੋ ਗੁਰਬਾਣੀ ਨੂੰ ਪਹਿਲ ਦਿਓ ਬਾਕੀ ਸਭ ਕੰਮ ਬਾਅਦ ਵਿੱਚ ਗੁਰਬਾਣੀ ਤੇ ਸਿੱਖੀ ਨੂੰ ਪਹਿਲ ਬੰਦਗੀ ਵੱਲ ਜ਼ਿੰਦਗੀ ਨੂੰ ਲਾਈਏ ਨਾਮ ਦੀ ਕਮਾਈ ਵੱਲ ਜਾਈਏ ਸੰਗਤ ਵਿੱਚ ਜਾਇਆ ਕਰੋ ਗੁਰਨਾਨਕ ਪਾਤਸ਼ਾਹ ਤੋਂ ਖੁਸ਼ੀਆਂ ਲੈਣਾ ਚਾਹੁੰਦੇ ਹੋ ਤਾਂ ਹਉਮੈ ਨੂੰ ਛੱਡ ਦਿਓ ਆਪਣੀ ਕੀਰਤ ਨੂੰ ਸ਼ੁੱਧ ਕਰੋ ਇਮਾਨਦਾਰੀ ਦੇ ਨਾਲ ਕੰਮ ਕਰੋ ਜਿਉਂ ਵਾਹਿਗੁਰੂ ਪੱਥਰ ਵਿੱਚ ਬੈਠੇ ਕੀੜੇ ਨੂੰ ਵੀ ਰੋਟੀ ਦੇ ਸਕਦਾ ਹੈ ਤਾਂ ਫਿਰ ਹੱਕ ਸੱਚ ਦੀ ਕੀਰਤ ਕਰ ਤੈਨੂੰ ਵੀ ਤਾਂ ਰੋਟੀ ਆਪੀ ਦੇਣਗੇ ਵਾਹਿਗੁਰੂ ਤੇ ਪਰੋਸਾ ਕਰਨਾ ਸਿੱਖ। ਅੰਮ੍ਰਿਤ ਵੇਲੇ ਓਠ ਚੌਂਕੜਾ ਲਾ ਬੈਠ ਜਾ ਤੇ ਨਾਮ ਜਪ। ਵਾਹਿਗੁਰੂ ਸਦੀ ਰੱਖਿਆ ਕਰਦੇ ਨੇ। ਆਪਾਂ ਸਭ ਨੂੰ ਪਤਾ ਗ੍ਰਸਤ ਜੀਵਨ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਧਰਮ। ਧਰਮ ਇਕੱਲਾ ਪੂਜਾ ਪਾਠ ਨਹੀਂ ਹੁੰਦਾ। ਤੁਹਾਡਾ ਘਰ ਪਰਿਵਾਰ ਇਹ ਵੀ ਮੰਦਿਰ ਹੀ ਐ। ਪਤੀ ਪਤਨੀ ਇੱਕ ਉਹ ਰਿਸ਼ਤਾ ਹੈ ਜਿਹੜਾ ਸੰਸਾਰ ਦਾ ਸਵਰਗ ਅਣ ਟੁੱਟ ਤੇ ਪਿਆਰ ਦਾ ਰਿਸ਼ਤਾ। ਜਦੋਂ ਆਪਾਂ ਇਹਨਾਂ ਸਭ ਗੱਲਾਂ ਨੂੰ ਸਮਝ ਗੁਰੂ ਦਾ ਆਸਰਾ ਲੈ ਚੱਲਾਂਗੇ ਤਾਂ ਸਭ ਕੁਝ ਸੁਖਾਲਾ ਹੋ ਜਾਏਗਾ। ਇਹ ਹੀ ਸਭ ਤੋਂ ਵੱਡੀ ਅਮੀਰੀ ਹੈ। ਗੁਰੂ ਦੀ ਸੇਵਾ ਵਿੱਚੋਂ ਸਭ ਕੁਝ ਮਿਲਦਾ ਹੈ। ਗੁਰੂ ਦੀ ਗੁਰੂ ਜੋਂਨਾ ਉਹ ਭਾਵਨਾ ਵਾਲਿਆਂ ਨੂੰ ਤਾਰ ਦਿੰਦੇ ਨੇ। ਹਮੇਸ਼ਾ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ। ਕੋਈ ਆਪਾਂ ਕਹਿੰਦੇ ਆ ਵੀ ਅੱਜ ਸਮਾਜ ਬੜਾ ਚੰਗਾ ਹੈ ਆ ਮਾੜਾ ਨਹੀਂ। ਉਹੀ ਸਮਾਂ ਸਭ ਤੋਂ ਚੰਗਾ ਹੁੰਦਾ ਹੈ ਜਦੋਂ ਵਾਹਿਗੁਰੂ ਦੀ ਯਾਦ ਸਾਨੂੰ ਆਵੇ। ਪਤਾ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਬੜਾ ਮਾੜਾ ਸਮਾਂ ਆ ਜਾਂਦਾ ਹੈ। ਤੇ ਆਪਾਂ ਮਾਇਉਸ ਵੀ ਹੋ ਜਾਂਦੇ ਆ। ਉਹ ਜਦੋਂ ਸਾਨੂੰ ਆਪਣਾ ਵਾਹਿਗੁਰੂ ਭੁੱਲ ਜਾਵੇ ਉਹ ਹੁੰਦਾ ਮਾੜਾ ਸਮਾਂ। ਜਦੋਂ ਵਾਹਿਗੁਰੂ ਯਾਦ ਹੋਵੇ ਉਹ ਤਾਂ ਮਾੜਾ ਸਮਾਂ ਹੋ ਹੀ ਨਹੀਂ ਸਕਦਾ। ਕਈ ਵਾਰ ਕੀ ਹੁੰਦਾ ਹੈ ਕੰਮ ਕਾਰਜ ਨਹੀਂ ਚੱਲਦਾ ਤਾਂ ਆਪਾਂ ਵਾਹਿਗੁਰੂ ਨੂੰ ਯਾਦ ਕਰਦੇ। ਕਰਦੇ ਆ ਨਾ। ਫਿਰ ਉਸ ਸਮੇਂ ਉਹ ਦੁੱਖ ਵੀ ਸੁਖ ਵਿੱਚ ਬਦਲ ਜਾਂਦਾ ਹੈ ਕੋਈ ਵੀ ਸਮਾਂ ਮਾੜਾ ਨਹੀਂ ਹੁੰਦਾ ਆਪਾਂ ਸਾਰੇ ਜਣੇ ਇਹ ਜਾਣਦੇ ਆ ਕਿ ਰੱਬ ਸਾਡੇ ਨੇੜੇ ਹੈ ਆਪਾਂ ਆਂ ਨਾ ਪਰ ਹਰ ਕੋਈ ਆਂਦਾ ਵੀ ਰੱਬ ਸਾਡੇ ਨੇੜੇ ਹੈ ਤਾਂ ਆਪਾਂ ਪੜਦੇ ਵੀ ਆਂ ਤੇ ਸੁਣਦੇ ਵੀ ਆਂ ਤੇ ਜੋ ਇਸ ਨੂੰ ਜ਼ਿੰਦਗੀ ਵਿੱਚ ਅਮਲ ਕਰ ਲੈਂਦਾ ਹੈ ਫਿਰ ਤੁਹਾਨੂੰ ਉਸ ਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਗਲਤ ਕੰਮ ਨਹੀਂ ਨਜ਼ਰ ਆਵੇਗਾ ਉਹਨੂੰ ਪਤਾ ਹੈ ਵਾਹਿਗੁਰੂ ਮੇਰੇ ਨਾਲ ਹੈ ਤੇ ਉਹ ਮੈਨੂੰ ਦੇਖ ਰਿਹਾ ਹੈ ਕਿ ਜੇ ਤੁਹਾਨੂੰ ਵੀ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਨਜ਼ਰ ਆਉਂਦਾ ਪਿਆ ਜਾਂ ਕੋਈ ਗਲਤੀ ਕਰਦਾ ਪਿਆ ਉਸ ਉਸ ਧਰਮ ਦੀ ਸਿੱਖਿਆ ਤੇ ਨਹੀਂ ਚੱਲਦਾ ਪਿਆ ਤਾਂ ਤੁਸੀਂ ਸਮਝ ਲੈਣਾ ਉਹਨੇ ਕਦੇ ਵੀ ਵਾਹਿਗੁਰੂ ਨੂੰ ਆਪਣੇ ਨੇੜੇ ਸਮਝਿਆ ਹੀ ਨਹੀਂ ਉਹਨੇ ਕਦੇ ਵੀ ਵਾਹਿਗੁਰੂ ਨੂੰ ਆਪਣੇ ਨੇੜੇ ਰੱਖਿਆ ਹੀ ਨਹੀਂ ਚਲੋ ਆਪਾਂ ਕੁਝ ਸਮੇਂ ਲਈ ਇਹ ਆਪਣੇ ਮਨ ਵਿੱਚੋਂ ਕੱਢ ਦਿੰਦੇ ਹਾਂ ਕਿ ਵਾਹਿਗੁਰੂ ਸਾਡੇ ਨੇੜੇ ਹੁੰਦਾ ਹੈ ਕਿ ਵਾਹਿਗੁਰੂ ਸਾਨੂੰ ਦੇਖ ਰਿਹਾ ਹੈ ਤੇ ਵਾਹਿਗੁਰੂ ਸਾਡੇ ਨੇੜੇ ਹੈ ਆਪਾਂ ਜੇ ਕਿਸੇ ਮਨੁੱਖ ਨੂੰ ਵੀ ਨੇੜੇ ਸਮਝਦੇ ਆ ਤਾਂ ਵੀ ਕੁਝ ਗਲਤ ਨਹੀਂ ਕਰਦੇ ਆਪਾਂ ਗਲਤ ਉਹਦੋਂ ਕਰਦੇ ਆ ਜਦੋਂ ਆਪਾਂ ਚਾਰੇ ਪਾਸੇ ਦੇਖ ਲਵੇ ਵੀ ਇੱਥੇ ਕੋਈ ਨਹੀਂ ਦੇਖਦਾ ਪਿਆ ਤੇ ਨਾ ਹੀ ਕੋਈ ਸੁਣਦਾ ਪਿਆ ਮੈਂ ਸਭ ਤੋਂ ਔਲੇ ਜੇ ਕੋਈ ਸਾਡੇ ਨਾਲ ਆਉਂਦਾ ਪਿਆ ਤਾਂ ਆਪਾਂ ਉਹਦੋਂ ਵੀ ਗਲਤ ਕੰਮ ਨਹੀਂ ਕਰਦੇ ਜਿਵੇਂ ਆਪਾਂ ਦੋ ਜਣੇ ਤੁਰਦੇ ਆਉਂਦੇ ਆ ਤੇ ਆਪਾਂ ਕਦੀ ਵੀ ਗਲਤ ਕੰਮ ਨਹੀਂ ਕਰਦੇ ਵੀ ਉਹ ਨਾਲ ਵਾਲਾ ਵੇਖਦਾ ਪਿਆ ਨਾ ਹੀ ਕੁਝ ਮਾੜਾ ਬੋਲਦੀ ਸਾਡੀ ਮਾੜੀ ਆਦਤ ਪਤਾ ਕੀ ਹੈ ਅਸੀਂ ਜੇ ਕੁਝ ਗਲਤ ਕਰਦੇ ਆਂ ਹੋਰ ਤੇ ਕੀ ਆਪਣੇ ਘਰਦਿਆਂ ਨੂੰ ਵੀ ਨਹੀਂ ਪਤਾ ਲੱਗਣ ਦਿੰਦੇ ਕਿ ਅਸੀਂ ਇਹ ਕੁਝ ਗਲਤ ਕਰ ਰਹੇ ਆਂ ਤੇ ਜਦੋਂ ਕੁਝ ਸਹੀ ਕਰ ਰਹੇ ਹੋਵਾਂਗੇ ਤੇ ਵਾਜਾ ਵਜਾ ਦਿੰਨੇ ਆਂ ਹਾਂਜੀ ਕਿ ਮੈਂ ਇਹ ਕਰ ਰਿਹਾ ਗਲਤ ਕੰਮ ਕਰਨ ਲੱਗੇ ਆਪਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੰਦੇ ਤੇ ਨੇਕੀ ਕੋਈ ਛੋਟਾ ਜਿਹਾ ਵੀ ਚੰਗਾ ਕੰਮ ਕਰਨ ਲੱਗੇ ਵਾਜੇ ਵਜਾ ਦਿੰਨੇ ਆਂ ਤਾਂ ਪਲੇ ਪੁਰਖਾ ਜੇ ਮਨੁੱਖਾਂ ਦੇ ਦੇਖਿਆ ਆਪਾਂ ਗਲਤ ਕੰਮ ਨਹੀਂ ਕਰਦੇ ਇੰਨਾ ਫਰਕ ਪੈਂਦਾ ਹੈ ਤਾਂ ਜੋ ਵਾਹਿਗੁਰੂ ਹਰ ਸਮੇਂ ਸਾਨੂੰ ਦੇਖ ਰਿਹਾ ਹੈ ਦੋਸਤੋ ਆਪਾਂ ਫਿਰ ਕੁਝ ਗਲਤ ਕਰਾਂਗੇ ਜਿਸ ਦਿਨ ਇਹ ਸਮਝ ਆ ਗਈ ਕਿ ਵਾਹਿਗੁਰੂ ਹਰ ਸਮੇਂ ਸਾਡੇ ਤੇ ਨਜ਼ਰ ਹੈ ਫਿਰ ਦੋਸਤੋ ਕੋਈ ਕਰੇਗਾ ਗਲਤ ਕੰਮ ਜੋ ਵਾਹਿਗੁਰੂ ਨੂੰ ਹਰ ਸਮੇਂ ਆਪਣੇ ਆਸ-ਪਾਸ ਦੇਖਦਾ ਤੇ ਉਹ ਮਾੜਾ ਕੰਮ ਕਰੇਗਾ ਇੱਕ ਵਾਰ ਆਪਣੇ ਆਪ ਕੋਲ ਪੁੱਛੋ ਅਸੀਂ ਕਦੇ ਮਹਿਸੂਸ ਹੀ ਨਹੀਂ ਕੀਤਾ ਸਾਡੇ ਨੇੜੇ ਆਪਾਂ ਕਬਸ ਪੈਸਾ ਆ ਜਾਵੇ ਠੱਗੀ ਠੋਰੀ ਕਰ ਲਈ ਜੋ ਰੱਬ ਦਾ ਪਿਆਰਾ ਹੈ ਉਹ ਵਾਹਿਗੁਰੂ ਹਰ ਪਲ ਨੇੜੇ ਸਮਝ ਉਸ ਦੀ ਸਿੱਖਿਆ ਦੀ ਪਾਲਣਾ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਲੋਕਾਂ ਦੀਆਂ ਅੱਖਾਂ ਤੇ ਤਾਂ ਮੈਂ ਪਰਦਾ ਪਾ ਸਕਦਾ ਪਰ ਵਾਹਿਗੁਰੂ ਦੀਆਂ ਅੱਖਾਂ ਤੇ ਨਹੀਂ ਉਹ ਮਨੁੱਖਾ ਜਦੋਂ ਆਪਣੀ ਰੁਚੀ ਬਣੇਗੀ ਨਾ ਤਾਂ ਆਪੇ ਹੀ ਤੂੰ ਮਾੜੇ ਕੰਮਾਂ ਵਿਕਾਰਾਂ ਤੋਂ ਮੋਹ ਤੋਂ ਦੂਰ ਹੋ ਜਾਏਗਾ ਕਦੀ ਵੀ ਐਵੇਂ ਦਾ ਕੋਈ ਵੀ ਮੂੰਹ ਜੋ ਬੋਲ ਨਹੀਂ ਕੱਢਾਂਗੇ ਜੋ ਸਾਡੀ ਧਿਖ ਨੂੰ ਸਮਾਜ ਵਿੱਚ ਖਰਾਬ ਕਰੇ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਰੱਬ ਵੀ ਸਾਡੀਆਂ ਗੱਲਾਂ ਸੁਣਦਾ ਸਿਰਫ ਲੋਕ ਹੀ ਨਹੀਂ ਸੁਣਦੇ ਫਿਰ ਦੱਸੋ ਬੁਰਾ ਕਿਵੇਂ ਬੋਲਾਂਗੇ ਇਸ ਲਈ ਸਿਰਫ ਗੁਰਬਾਣੀ ਸੁਣਨੀ ਹੀ ਨਹੀਂ ਉਹਨੂੰ ਜ਼ਿੰਦਗੀ ਵਿੱਚ ਅਮਲ ਵੀ ਕਰੀਏ